ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ 'ਤੇ ਇੱਕ ਵਾਰ ਫਿਰ। ਅੱਜ ਜੀ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਐਲਕਾਜ਼ਾਰ ਦੇ ਪਹਿਲੇ ਸ਼ੋਰਟਸ, ਜੋ ਕਿ ਬਿਲਕੁਲ ਕਲੀਅਰ ਨੇ। ਜੋ ਨਵੀਂ ਜਨਰੇਸ਼ਨ ਹਿਉਂਡਈ ਐਲਕਾਜ਼ਾਰ ਦੀ ਲਾਂਚ ਹੋਣ ਜਾ ਰਹੀ ਹੈ, ਉਹਦੀਆਂ ਕੁਝ ਐਕਸਕਲੂਸਿਵ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਵਿੱਚ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੀ ਸ਼ੇਪ ਨੂੰ ਬਿਲਕੁਲ ਹੀ ਚੇਂਜ ਕਰ ਦਿੱਤਾ ਗਿਆ ਹੈ, ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਵਿੱਚ ਆਪਾਂ ਨੂੰ ਇੱਕ ਨਵਾਂ ਗ੍ਰੀਨ ਕਲਰ ਵੀ ਮਿਲੇਗਾ। ਗ੍ਰਿਲ, ਹੈੱਡ ਲੈਂਪਸ, ਫੋਗ ਲੈਂਪਸ, ਸਭ ਕੁਝ ਚੇਂਜ ਕਰ ਦਿੱਤਾ ਗਿਆ ਹੈ। ਜੇ ਗੱਲ ਕਰੀਏ ਇਲਾਜ ਦੀ ਤਾਂ ਇਲਾਜ ਵੀ ਕੰਪਲੀਟਲੀ ਤਰ੍ਹਾਂ ਨਾਲ ਚੇਂਜ ਕਰ ਦਿੱਤੇ ਗਏ ਹਨ, ਅਤੇ ਜੇ ਗੱਲ ਕਰੀਏ ਰੀਅਰ ਲਾਈਟਸ ਦੀ, ਉਹ ਵੀ ਕੰਪਲੀਟਲੀ ਚੇਂਜ ਕਰ ਦਿੱਤੀਆਂ ਗਈਆਂ ਹਨ। ਇਸ ਵਿੱਚ ਆਪਾਂ ਨੂੰ ਨਾਲ ਦੀ ਨਾਲ ਅਡਾਸ ਵੀ ਮਿਲੇਗਾ। ਮੈਂ ਖੁਦ ਫਸਟ ਜਨਰੇਸ਼ਨ ਐਲਕਾਜ਼ਾਰ ਦਾ ਓਨਰ ਹਾਂ, ਮੈਨੂੰ ਇਹ ਸ਼ੇਪ ਠੀਕ ਠਾਕ ਹੀ ਲੱਗੀ ਹੈ। ਬਾਕੀ ਤੁਸੀਂ ਕਮੈਂਟਸ ਵਿੱਚ ਆਪਣੀ ਰਾਏ ਦਿਓ ਕਿ ਤੁਹਾਨੂੰ ਨਵੀਂ ਐਲਕਾਜ਼ਾਰ ਦੀ ਸ਼ੇਪ ਕਿੱਦਾਂ ਲੱਗੀ। ਇਹ ਆਉਣ ਵਾਲੀ 9 ਸਤੰਬਰ ਨੂੰ ਲਾਂਚ ਹੋ ਜਾਵੇਗੀ ਅਤੇ ਫਿਰ ਉਸ ਤੋਂ ਬਾਅਦ ਜਲਦੀ ਹੀ ਬੁਕਿੰਗ ਦਾ ਕੰਮ ਸ਼ੁਰੂ ਹੋ ਕੇ ਡਿਲੀਵਰੀਜ਼ ਦਾ ਕੰਮ ਸ਼ੁਰੂ ਹੋ ਜਾਵੇਗਾ। ਸੋ ਇਹ ਸੀ ਜੀ ਐਲਕਾਜ਼ਾਰ ਬਾਰੇ ਕੁਝ ਗੱਲਾਂ। ਜੇ ਆਪਾਂ ਰੀਅਰ ਪ੍ਰੋਫਾਈਲ ਦੀ ਵੀ ਗੱਲ ਕਰੀਏ ਤਾਂ ਇਸ ਨੂੰ ਰੀਅਰ ਤੋਂ ਵੀ ਕਾਫੀ ਤਰ੍ਹਾਂ ਚੇਂਜ ਕਰ ਦਿੱਤਾ ਗਿਆ, ਮਤਲਬ ਕੰਪਲੀਟ ਗੱਡੀ ਵਿੱਚ ਕਾਫੀ ਤਰ੍ਹਾਂ ਦਾ ਡਿਜ਼ਾਇਨ ਚੇਂਜ ਆਇਆ ਹੈ। ਬਾਕੀ ਹੋਰ ਵੀ ਜੋ ਡਿਟੇਲਸ ਇਸ ਦੇ ਇੰਟੀਰੀਅਰ ਬਾਰੇ ਮਿਲਣਗੀਆਂ ਉਹ ਅਗਲੀ ਵੀਡੀਓ ਵਿੱਚ ਤੁਹਾਡੇ ਕੋਲ ਲੈ ਕੇ ਆਵਾਂਗੇ। ਸੋ ਦੋਸਤੋ, ਇਸ ਤਰ੍ਹਾਂ ਹੀ ਸਾਡੇ ਚੈਨਲ 'ਤੇ ਬਣੇ ਰਹੋ। ਤਦ ਤੱਕ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ। ਨਾਲ ਹੀ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।